ਆਓ ਜੀ ਆ ਗਏ ਫਰਾਈਡੇ ਤੁਹਾਨੂੰ ਕੋਲ ਇੱਕ ਵਾਰ ਫਿਰ ਹਾਜ਼ਰ ਹੋ ਗਏ ਤੁਹਾਡੇ ਸਾਰਿਆਂ ਦੇ ਲਈ ਮੂਵੀ ਰਿਵਿਊ ਲੈ ਕੇ। ਮੈਨੂੰ ਪਤਾ ਕਿ ਜਿਹੜੀ ਅੱਜ ਕੱਲ੍ਹ ਦੀ ਸਾਡੀ ਆਡੀਅੰਸ ਹੈ ਨਾ ਬਹੁਤ ਜ਼ਿਆਦਾ ਸਿਆਣੀ ਹੋ ਗਈ, ਉਹਨਾਂ ਨੂੰ ਲੱਗਦਾ ਕਿ ਯਾਰ ਪਹਿਲਾਂ ਮੂਵੀ ਰਿਵਿਊ ਦੇਖਿਆ ਜਾਵੇ ਵੀ ਫਿਲਮ ਕਿੱਦਾਂ ਦੀ ਲੋਕਾਂ ਨੂੰ ਪਸੰਦ ਆ ਰਹੀ ਹੈ ਜਾਂ ਨਹੀਂ ਆ ਰਹੀ, ਅਤੇ ਉਸ ਤੋਂ ਬਾਅਦ ਹੀ ਜਿਹੜਾ ਉਸ 'ਤੇ ਪੈਸਾ ਇਨਵੈਸਟ ਕੀਤਾ ਜਾਵੇ ਤਾਂ ਕਿ ਪੈਸਾ ਵਸੂਲ ਵੀ ਹੋ ਸਕੇ ਯਾਰ। ਤਾਂ ਇਸ ਕਰਕੇ ਤੁਹਾਨੂੰ ਕੋਲ ਜਿਵੇਂ ਕਿ ਮੈਂ ਦੱਸਿਆ ਹਾਜ਼ਰ ਹੋ ਗਏ ਮੂਵੀ ਰਿਵਿਊ ਲੈ ਕੇ, ਅਤੇ ਅੱਜ ਜਿਹੜੀ ਮੂਵੀ ਦਾ ਰਿਵਿਊ ਅਸੀਂ ਲੋਕਾਂ ਤੋਂ ਜਾਣਾਂਗੇ ਉਹ ਮੂਵੀ ਹੈ ਜੀ ਜਿਵੇਂ ਕਿ ਤੁਸੀਂ ਪੋਸਟਰ 'ਚ ਦੇਖ ਸਕਦੇ ਹੋ ਅਰਦਾਸ ਕਰਾਂ। ਇਸ ਫਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਕੀਤੀਆਂ ਜਾ ਰਹੀਆਂ ਨੇ, ਲੋਕਾਂ ਨੇ ਬਹੁਤ ਉਮੀਦਾਂ ਲਾਈਆਂ ਨੇ ਕਿਉਂਕਿ ਗਿੱਪੀ ਗਰੇਵਾਲ ਦੀ ਫਿਲਮ ਹੈ ਅਤੇ ਇੰਨੀ ਵੱਡੀ ਸਟਾਰ ਕਾਸਟ ਨੂੰ ਫਿਲਮ ਦੇ ਵਿੱਚ ਕਾਸਟ ਕੀਤਾ ਗਿਆ ਅਤੇ ਅਰਦਾਸ ਜਿਹੜਾ ਇਹਦਾ ਪਾਰਟ 1 ਸੀਗਾ ਉਹਨੂੰ ਬਹੁਤ 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 ਵਧੀਆ ਰਿਸਪੋਂਸ ਮਿਲਿਆ ਸੀਗਾ ਅਤੇ ਉਮੀਦ ਹੈ ਕਿ ਇਸ ਮੂਵੀ ਨੂੰ ਵੀ ਬਹੁਤ ਵਧੀਆ ਰਿਸਪੋਂਸ ਮਿਲਣ ਵਾਲਾ ਹੈ। ਅਤੇ ਵੇਟ ਕਿਸ ਗੱਲ ਦੀ ਹੈ, ਜਾਣਦੇ ਹਾਂ ਲੋਕਾਂ ਦੇ ਕੋਲੋਂ ਕਿ ਫਿਲਮ ਦਾ ਸੈਕਿੰਡ ਪਾਰਟ ਉਹਨਾਂ ਨੂੰ ਕਿਵੇਂ ਦਾ ਲੱਗ ਰਿਹਾ। ਬਹੁਤ ਸੋਹਣੀ ਮੂਵੀ ਆ ਜੀ, ਬਹੁਤ ਵਧੀਆ ਫਿਲਮ ਹੈ ਜੀ। ਠੀਕ ਲੱਗੀ ਬੇਟਾ? ਵਧੀਆ ਜੀ। ਵਧੀਆ ਐਕਟਿੰਗ ਕਿਹਦੀ ਲੱਗੀ? ਸਾਰਿਆਂ ਦੀ ਵਧੀਆ ਜੀ। ਹਾਂਜੀ ਸਰ, ਮੂਵੀ ਕਿੱਦਾਂ? ਮੈਂ ਮੂਵੀ ਬਹੁਤ ਵਧੀਆ ਲੱਗੀ ਸਾਨੂੰ, ਅੱਛੀ ਸੀ ਮੂਵੀ ਦਾ। ਹਾਂਜੀ ਬਹੁਤ ਵਧੀਆ ਜੀ, ਪਰਿਵਾਰਕ ਫਿਲਮ ਹੈ। ਵਧੀਆ ਜੀ ਵਧੀਆ। ਠੀਕ ਹੈ, ਵਧੀਆ ਵਧੀਆ ਲੱਗੀ। ਤੁਹਾਨੂੰ ਕਿੱਦਾਂ ਲੱਗੀ? ਨਾਈਸ, ਬਹੁਤ ਵਧੀਆ, ਬਹੁਤ ਵਧੀਆ ਮੂਵੀ। ਗਿੱਪੀ ਗਰੇਵਾਲ ਦਾ ਬੇਟਾ ਵੀ ਹੈ ਫਿਲਮ ਦੇ ਵਿੱਚ, ਉਹਨਾਂ ਦੀ ਐਕਟਿੰਗ? ਉਹ ਬਹੁਤ ਵਧੀਆ ਐਕਟਿੰਗ ਹੈ, ਦੇਖਾਂਗੇ ਅਗਲੀਆਂ ਫਿਲਮਾਂ ਕੋਈ ਹੋਰ ਆਉਣ ਉਹਨਾਂ 'ਚ ਵੀ ਐਕਟਿੰਗ ਕਰੇ। ਬਹੁਤ ਵਧੀਆ ਐਕਟਿੰਗ ਕਰੀ ਜੀ ਬੇਟੇ ਨੇ। ਸਭ ਤੋਂ ਜ਼ਿਆਦਾ ਵਧੀਆ ਕੀ ਲੱਗਿਆ? ਗੁਰਪ੍ਰੀਤ ਘੁੱਗੀ ਦੀ ਐਕਟਿੰਗ। ਗਿੱਪੀ ਗਰੇਵਾਲ ਦਾ ਬੇਟਾ ਵੀ ਸੀਗਾ ਫਿਲਮ 'ਚ, ਉਹਨਾਂ ਦੀ ਐਕਟਿੰਗ? ਉਹ ਤਾਂ ਵੀ ਬਹੁਤ ਵਧੀਆ ਜੀ, ਘੈਂਟ ਜੀ ਘੈਂਟ। ਹਾਂਜੀ ਸਰ, ਮੂਵੀ ਕਿੱਦਾਂ ਲੱਗੀ? ਬਹੁਤ ਵਧੀਆ ਲੱਗੀ। ਸਭ ਤੋਂ ਵਧੀਆ ਐਕਟਿੰਗ ਕੀ ਦੀ ਲੱਗੀ? ਘੁੱਗੀ ਜੀ। ਨਵਾਂ ਕੀ ਹੈ ਸਰ ਮੂਵੀ 'ਚ? ਇਹ ਫੈਮਿਲੀ ਨੂੰ ਜਿੱਦਾਂ ਕਲੋਜ਼ ਕਰਕੇ, ਜੋ ਜਿੱਦਾਂ ਫੈਮਿਲੀਆਂ ਦੂਰ ਹੋ ਰਹੀਆਂ ਉਹਦੇ ਬਾਰੇ ਇਹਦੇ ਵਿੱਚ ਪਤਾ ਲੱਗੇਗਾ ਵੀ ਪਾੜਾ ਦੂਰ ਕਰੂਗੀ ਜਿਹੜਾ ਪੈ ਰਿਹਾ ਨਾ ਗੈਪ ਜਿਹੜਾ। ਇਸ ਇੱਕ ਪ੍ਰੇਰਣਾ ਦਿੱਤੀ ਗਈ ਹੈ, ਜ਼ਿੰਦਗੀ ਜੀਣ ਦਾ ਤਰੀਕਾ ਦੱਸਿਆ ਗਿਆ ਹੈ ਕਿ ਆਪਣੇ ਆਪ ਨੂੰ ਲਾਈਫ ਤੋਂ ਕਹਿੰਦੇ ਹੁੰਦੇ ਬੋਰ ਨਹੀਂ ਹੋਣਾ ਚਾਹੀਦਾ, ਜ਼ਿੰਦਗੀ ਚੰਗੇ ਤਰੀਕੇ ਨਾਲ ਜੀਣੀ ਚਾਹੀਦੀ। ਹਾਂਜੀ ਇਹ ਹੈ। ਨਵਾਂ ਕੀ ਲੱਗਿਆ ਫਿਲਮ? ਨਵਾਂ ਮੈਸੇਜ ਬਹੁਤ ਵਧੀਆ ਜੀ ਲੋਕਾਂ ਵਾਸਤੇ। ਹਾਂਜੀ ਹਾਂਜੀ। ਨਵਾਂ ਮਤਲਬ ਕਿ ਨਵਾਂ ਤਾਂ ਉਹੀ ਬਹੁਤ ਕੁਛ ਸੀਗਾ, ਜਿੱਦਾਂ ਕਿ ਪਹਿਲੇ ਦਿਖਾਇਆ ਗਿਆ ਸੀ ਕਿੱਦਾਂ ਕਿ ਬੱਚੇ ਪੇ ਹੁੰਦੇ ਆ, ਆਪਣੇ ਪੇਰੈਂਟਸ ਦੀ ਇੱਜ਼ਤ ਕਰਦੇ ਆ, ਅੱਜ ਕੱਲ੍ਹ ਤਾਂ ਟਾਈਮ ਹੋ ਰਿਹਾ ਕਿ ਬੱਚੇ ਟਾਈਮ ਨਹੀਂ ਦੇ ਪਾਉਂਦੇ ਆ, ਤਾਂ ਉਹ ਸਾਰਾ ਕੁਝ ਦਿਖਾਇਆ ਗਿਆ, ਮੂਵੀ ਕਾਫੀ ਅੱਛੀ ਸੀ। ਅੱਛਾ, ਮੂਵੀ 'ਚ ਸਭ ਤੋਂ ਵਧੀਆ ਕੀ ਸੀ, ਸਭ ਤੋਂ ਖਾਸ ਕੀ ਸੀ, ਕਿ ਨਵਾਂ ਸੀ? ਮੋਟੀਵੇਸ਼ਨਲ ਸੀ। ਕਿੰਨੇ ਨੰਬਰ ਦੋਗੇ ਫਿਲਮ? ਪੰਚੋ ਚਾਰ। ਪੰਚੋ ਚਾਰ ਚਾਰ ਸਾਢੇ ਚਾਰ ਪੰਚੋ ਪੰਜ ਦਿਆਂਗੇ ਜੀ, ਬਹੁਤ ਵਧੀਆ ਮੂਵੀ ਸੀ। 10। ਕਿੰਨੇ ਨੰਬਰ ਦੋਗੇ ਪੰਜ? ਪੰਚੋ ਪੰਜ। 10 ਦੇ ਦਿਓ। ਪੰਚੋ ਪੰਜ। ਜੀ ਇਹ ਸੀਗਾ ਫਿਲਮ ਅਰਦਾਸ ਕਰਾਂ ਦਾ ਰਿਵਿਊ, ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਫਿਲਮ ਬਹੁਤ ਜ਼ਿਆਦਾ ਪਸੰਦ ਆਈ ਹੈ ਅਤੇ ਉਮੀਦ ਹੈ ਕਿ ਤੁਹਾਨੂੰ ਵੀ ਇਹ ਫਿਲਮ ਪਸੰਦ ਆਏਗੀ। ਅਤੇ ਜੇ ਹਾਲੇ ਤੱਕ ਤੁਸੀਂ ਟਿਕਟਾਂ ਬੁੱਕ ਨਹੀਂ ਕੀਤੀਆਂ ਅਤੇ ਤੁਸੀਂ ਵੇਟ ਕਰ ਰਹੇ ਸੀਗੇ ਮੇਰੇ ਰਿਵਿਊ ਦਾ ਕਿ ਰਿਵਿਊ ਮੈਂ ਕਿੱਦਾਂ ਦਾ ਦਊਂਗੀ, ਤਾਂ ਮੂਵੀ ਦੇਖੋ ਜੀ, ਸਾਰਿਆਂ ਨੇ ਬਹੁਤ ਵਧੀਆ ਗਈ ਹੈ ਅਤੇ ਤੁਸੀਂ ਵੀ ਹੁਣ ਜਾ ਕੇ ਮੂਵੀ ਇਹ ਦੇਖ ਸਕਦੇ ਹੋ, ਆਪਣੀ ਆਪਣੀ ਟਿਕਟਾਂ ਬੁੱਕ ਕਰਵਾ ਸਕਦੇ ਹੋ। ਅਤੇ ਅਗਲੀ ਵਾਰ ਫਿਰ ਮਿਲਾਂਗੇ ਇੱਕ ਹੋਰ ਨਵੇਂ ਮੂਵੀ ਰਿਵਿਊ ਦੇ ਨਾਲ, ਤਦ ਤੱਕ ਲਈ ਤੁਸੀਂ ਮੈਨੂੰ ਯਾਨੀ ਕਿ ਅਨੁਕੋੜਾ ਨੂੰ ਦਿਓ ਇਜਾਜ਼ਤ ਅਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।